ਜਿੱਥੇ ਦੀਨ ਦੁਨੀ ਦੇ ਵਾਲੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੇਈ ਨਦੀ ਵਿੱਚ ਟੁੱਬਾ ਲਾਇਆ ਔਰ ਤੀਸਰੇ ਦਿਨ ਪ੍ਰਗਟ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੀ ਆਰੰਭਤਾ ਕੀਤੀ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇਹ ਕੋਈ ਛੋਟੀਆਂ ਜੀਆਂ ਗੱਲਾਂ ਨਹੀਂ ਤੇ ਕਈ ਵਾਰੀ ਗੁਰਮੁਖੋ ਅਸੀਂ 13 ਵਾਰ ਪੂਰੇ ਵਰਲਡ ਦੇ ਵਿੱਚ ਗਏ ਹਾਂ। ਜਿਹੜੇ ਸ਼ਹਿਰੀ ਲੋਕ ਨੇ ਨਾ ਉਹ ਕਹਿ ਦਿੰਦੇ ਜੀ ਅਸੀਂ ਕੀਰਤਨ ਹੀ ਸੁਣਦੇ ਹਾਂ। ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰੀਦੀ ਹੈ ਕਿ ਕੀਰਤਨ ਤੋਂ ਬਾਅਦ ਢਾਡੀਆਂ ਦੀ ਵਾਰੀ ਆਉਂਦੀ ਹੈ। ਜਦੋਂ ਕੀਰਤਨ ਕਰਨ ਵਾਲੀਆਂ ਰੰਗ ਰਤੜੀਆਂ ਰੂਹਾਂ ਨੂੰ ਫੜ ਕੇ ਵਕਦੀਆਂ ਹਕੂਮਤਾਂ ਨੇ ਤਤੀਆਂ ਤਵੀਆਂ ਦੇ ਉੱਤੇ ਬਿਠਾ ਦਿੱਤਾ। ਥੋੜਾ ਧਿਆਨ ਦਿਓ ਜ਼ਰਾ, ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਨੀ ਬੰਦੀ ਛੋੜ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਇਹ ਢਾਡੀ ਕਲਾ ਆਈ। ਕਹਿਣ ਲੱਗੇ ਗੁਰਸਿੱਖੋ, ਭਾਰਤੀ ਲੋਕਾਂ ਦਾ ਜਿਹੜਾ ਸਦੀਆਂ ਤੋਂ ਜੰਮਿਆ ਹੋਇਆ ਖੂਨ ਏ, ਇਹਦੇ ਵਿੱਚ ਉਬਾਲ ਕੌਣ ਲਿਆ ਸਕਦਾ ਏ? ਇਹਦੇ ਵਿੱਚ ਜਜ਼ਬਾ ਕੌਣ ਪੈਦਾ ਕਰ ਸਕਦਾ ਏ? ਇਹਦੇ ਵਿੱਚ ਗੈਰਤ ਕੌਣ ਪੈਦਾ ਕਰ ਸਕਦਾ ਏ? ਮਹਾਰਾਜ ਤੁਸੀਂ ਗੁਰੂ ਹੋ, ਦੱਸੋ। ਤੇ ਦੁਨੀਆਂ ਦੇ ਵਾਲੀ ਨੇ ਆਖਿਆ ਫਿਰ ਜੰਮਿਆ ਹੋਇਆ ਖੂਨ ਜਿਹੜਾ ਏ ਉਹਦੇ ਵਿੱਚ ਉਬਾਲ, ਉਹਦੇ ਵਿੱਚ ਜਜ਼ਬਾ, ਉਹਦੇ ਵਿੱਚ ਸਪਿਰਿਟ ਜੇ ਪੈਦਾ ਕਰ ਸਕਦੇ ਨੇ ਤੇ ਇਹ ਗੁਰੂ ਕੇ ਢਾਡੀ ਕਰ ਸਕਦੇ ਨੇ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਇੱਕ ਢਾਡੀਆਂ ਦਾ ਜਥਾ ਲੈ ਕੇ ਆਓ। ਸਤਿਕਾਰਯੋਗ ਭੈਣਾਂ ਬੈਠੀਆਂ ਨੇ, ਅੱਜ ਮੈਂ ਇਹੋ ਹੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ, ਮਹਾਰਾਜ ਆਪਣੇ ਆਪ ਨੂੰ ਪਰਮੇਸ਼ਰ ਦਾ ਢਾਡੀ ਮੰਨਦੇ ਨੇ। ਹੋਂ ਢਾਡੀ ਵਿਕਾਰ ਕਾਰੇ ਲਾਇਆ, ਢਾਡੀ ਸ਼ਬਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਸ਼ਬਦ ਏ ਕਰਮਾਂ ਵਾਲਿਓ। ਉਹ ਪਿਛਲੇ ਬੰਨੇ ਜਿਹੜੀਆਂ ਭੈਣਾਂ ਗੱਲਾਂ ਬਾਤਾਂ ਕਰ ਰਹੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ, ਭੈਣੋ ਗੱਲਾਂ ਬਾਤਾਂ ਕਰਨੀਆਂ ਤੇ ਘਰੇ ਜਾ ਕੇ ਕਰੋ, ਗੁਰੂ ਦਰਬਾਰ ਵਿੱਚ ਕਿਉਂ ਕਰਨੀਆਂ? ਇੱਥੇ ਸੁਣਨਾ ਏ, ਸਰਵਣ ਭਗਤੀ ਕਰਨ ਆਏ ਹੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਇਹ ਦੁਨੀਆ ਬੜੀ ਅਜੀਬ ਹੈ। ਤੀਜੇ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਗੋਇੰਦਵਾਲ ਸਾਹਿਬ ਚਲੇ ਗਈ, ਮਹਾਰਾਜ ਤੁਸੀਂ ਕੌਣ ਹੋ? ਤੇ ਬੰਬੇ ਵਾਲਿਓ, ਦਰਿਆਏ ਬਿਆਸਾ ਦੇ ਕੰਢੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਅੰਦਰ ਤੀਜੇ ਪਾਤਸ਼ਾਹ ਢੱਡ ਵਜਾ ਕੇ ਉਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਦਰਜ ਹੈ। ਜਦੋਂ ਲੋਕਾਂ ਨੇ ਪੁੱਛਿਆ ਨਾ ਤੁਸੀਂ ਕੌਣ ਹੋ, ਤੇ ਮਹਾਰਾਜ ਕਹਿੰਦੇ ਹਾਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਇਹ ਕੋਈ ਛੋਟਾ ਜਿਹਾ ਸ਼ਬਦ ਨਹੀਂ, ਯਤਨ ਕਰੋ। ਅਸੀਂ
ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਕਰਮਾਂ ਵਾਲੇ ਉਹ ਸੁਲਤਾਨਪੁਰ ਲੋਧੀ ਦੀ ਉਹ ਪਾਵਨ ਧਰਤੀ ਵੇਈ ਨਦੀ ਦੇ ਕੰਢੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 14 ਸਾਲ 9 ਮਹੀਨੇ 13 ਦਿਨ ਤਪ ਕਰਕੇ ਪਾਣੀ ਦੇ ਵਿੱਚੋਂ ਪਾਣੀ ਤੇ ਬਾਣੀ ਸਿੱਖ ਨੂੰ ਇਹ ਗਿਆਨ ਹੋਣਾ ਚਾਹੀਦਾ ਪਾਣੀ ਦੇ ਵਿੱਚੋਂ ਬਾਣੀ ਪ੍ਰਗਟ ਹੋਈ ਏ ਸੁਲਤਾਨਪੁਰ ਵਗਦੀ ਵੇਈ ਨਦੀ ਤੇ ਪਾਣੀ ਦੇ ਕੰਢੇ ਹੀ ਇਸ ਗੁਰਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਤੁਹਾਡੇ ਮਹਾਰਾਸ਼ਟਰ ਵਿੱਚ ਗੋਦਾਵਰੀ ਨਦੀ ਦਾ ਕੰਢਾ ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ ਬਹੁਤ ਵੱਡੀ ਵਿਚਾਰਾਂ ਦੀ ਪੰਡ ਗੁਰੂ ਸ਼ਬਦ ਦੀ ਪੰਡ ਗੁਰੂ ਰਹਿਮਤ ਦੀ ਪੰਡ ਮੈਂ ਬੇਬੇ ਨਾਨਕੀ ਦੇ ਦਰਬਾਰ ਵਿੱਚੋਂ ਭੈਣੋ ਦੇ ਘਰ ਵਿੱਚੋਂ ਤੁਹਾਡੇ ਲਈ ਲੈ ਕੇ ਆਇਆ 3 ਦਿਨ ਤੁਹਾਡੇ ਕੋਲ ਰਹਿਣਾ ਏਦਾਂ ਕੰਡ ਜੀ ਵਿਖਾ ਕੇ ਭੱਜਣ ਦਾ ਯਤਨ ਨਾ ਕਰਿਆ ਕਰੋ ਜੇ ਸੱਦਿਆ ਹੈ ਨਾ ਤੇ ਫਿਰ ਸੁਣਨ ਦਾ ਹੌਸਲਾ ਵੀ ਰੱਖੋ ਦੁਨੀਆਂ ਦੀ ਸਭ ਤੋਂ ਘੱਟ ਉਮਰ ਵਾਲੀ ਕੌਮ ਅਸੀਂ ਪੂਰੀ ਦੁਨੀਆਂ ਵਿੱਚ ਘੁੰਮੇ ਹਾਂ ਕਿਉਂ ਘੁੰਮੇ ਹਾਂ ਕਿੱਦਾਂ ਘੁੰਮੇ ਹਾਂ ਇਹਦਾ ਉੱਤਰ ਵੀ ਗੁਰਬਾਣੀ ਦੇਵੇਗੀ ਸਿੱਖ ਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਆਪਣੀ ਅਕਲ ਦੇ ਘੋੜੇ ਦੜਾਉਂਦਾ ਇਹ ਗੁਰੂ ਦਾ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਉਦਾਸੀਆਂ ਦੇ ਨਕਸ਼ੇ ਬਣਾਏ ਜਾਂਦੇ ਨੇ ਕੰਧਾਂ ਦੇ ਉੱਤੇ ਕਿਉਂ ਅਸੀਂ ਆਪਣੀ ਅਕਲ ਦੇ ਘੋੜੇ ਦੜਾ ਰਹੇ ਹਾਂ ਸਿਆਣੇ ਬਣ ਗਏ ਹਾਂ ਉਹ ਕੌਮ ਦੇ ਮਹਾਨ ਵਿਦਵਾਨ ਸਿੱਖੀ ਦੇ ਵੇਦ ਵਿਆਸ ਧੰਨ ਧੰਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੌੜੀ ਤੇ ਪੌੜੀ ਦੇ ਵਿੱਚੋਂ ਇੱਕ ਪੰਕਤੀ ਪੜ੍ਹ ਕੇ ਉਹਦੇ ਤੇ ਅਮਲ ਕਰ ਲਓ ਤੁਹਾਨੂੰ ਪਤਾ ਲੱਗ ਜਾਵੇਗਾ ਨਕਸ਼ਾ ਵਾਉਣ ਦੀ ਲੋੜ ਨਹੀਂ ਪਵੇਗੀ ਕਿ ਬਾਬਾ ਨਾਨਕ ਜੀ ਕਿੱਥੇ ਕਿੱਥੇ ਗਏ ਕਿਉਂ ਆਪਣੀ ਅਕਲ ਦੇ ਘੋੜੇ ਦੜਾਈ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ ਕਹਿਣ ਤੋਂ ਭਾਵ ਕਿ ਪੂਰਬ ਪੱਛਮ ਉੱਤਰ ਦੱਖਣ 9 ਖੰਡ ਤੇ ਪੂਰੀ ਦੁਨੀਆਂ ਦੇ ਵਿੱਚ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਕਦੇ ਪੰਜਾਬ ਆਓ ਮੈਨੂੰ ਮਿਸ ਨਾ ਕਰਿਓ ਬੱਚਾ ਹਾਂ ਤੁਹਾਡਾ ਤੇ ਹੁਣ ਅਗਲੀ ਗੱਲ ਸੁਣ ਲਓ ਮੇਰਾ ਜਨਮ ਉਸ ਧਰਤੀ ਦਾ ਏ ਜਿੱਥੋਂ ਸਿੱਖ ਜਗਤ ਦੇ ਵਿੱਚ ਕੀਰਤਨ ਦੀ ਆਰੰਭਤਾ ਹੋਈ ਸਤਲੁਜ ਤੇ ਬਿਆਸਾ ਦਰਿਆ ਦੀ ਗੱਲ ਵਕੜੀ ਪੈਂਦੀ ਹੈ ਬਿਆਸਾ ਪਾਰ ਕਰਕੇ ਪੱਛਮ ਦੀ ਬਾਹੀ ਆ ਜਾਈਏ ਤੇ ਮਾਝਾ ਆਉਂਦਾ ਹੈ ਸਤਲੁਜ ਪਾਰ ਕਰਕੇ ਇੱਧਰ ਦੱਖਣ ਦੀ ਬਾਹੀ ਆ ਜਾਈਏ ਤੇ ਮਾਲਵਾ ਆਉਂਦਾ ਹੈ ਜਿਹੜੀ ਦੋਹਾਂ ਦਰਿਆਵਾਂ ਦੀ ਧਰਤੀ ਏ ਦੋ ਆਬ ਉਹਨੂੰ ਕਹਿੰਦੇ ਨੇ ਦੁਆਬਾ ਦੁਆਬੇ ਦਾ ਆਖਰੀ ਪਿੰਡ ਏ ਅਕਥਪੁਰਾ ਸਮੇਂ ਦੇ ਮੁਤਾਬਕ ਨਾਮ ਬਦਲ ਕੇ ਰੱਖਿਆ ਗਿਆ ਪਰ ਉਹ ਆਣਾ ਸਮਾਂ ਬੀਤਿਆ ਕੌਮ ਨੂੰ ਸੋਝੀਆਂ ਆਈਆਂ ਉਸ ਅਕਥਪੁਰੇ ਵਿੱਚ ਖੁਦ ਪਰਮਾਤਮਾ ਫੇਰੂ ਫਰੰਦਾ ਜੀ ਦਾ ਨਾਮ ਲੈ ਕੇ ਰਵਾਬ ਲੈ ਕੇ ਬੈਠਾ ਏ ਰਵਾਬ ਲੈ ਕੇ ਧਿਆਨ ਦਿਓ ਦਰ ਤੇ ਦੁਨੀਆਂ ਦੇ ਵਾਲੀ ਨੇ ਭੈਣ ਨਾਨਕੀ ਜੀ ਦੇ ਕੋਲੋਂ 20 ਰੁਪਈਏ ਮੰਗੇ ਨੇ ਭੈਣ ਨੇ ਆਪਣੇ ਪਤੀ ਦੇ ਕੋਲੋਂ ਮੰਗ ਲੈ ਲਓ ਨਾਨਕੀ ਜੀ ਪਲਤਿਆ ਗੋ ਤੇ ਖੱਤਰੀਆਂ ਵਿੱਚ ਭਾਈਆ ਜੈ ਰਾਮ ਗੁਰੂ ਨਾਨਕ ਦੇਵ ਜੀ ਦੇ ਜੀਜਾ ਜੀ ਦਾ ਆ ਜਿਓ ਜਾਦਾ ਲੈ ਕੇ ਬੈਠੇ ਹਾਂ ਸੁਲਤਾਨਪੁਰ ਲੋਧੀ ਵਿੱਚ ਤੁਹਾਨੂੰ ਦਰਸ਼ਨ ਕਰਾਵਾਂ ਕਹਿੰਦੇ ਮਰਦਾਨਾ ਜੀ ਜਾ
ਦੋ ਦਰਿਆਵਾਂ ਦੇ ਸੰਗਮ ਉੱਤੇ ਪਿੰਡ ਹੈ ਅਕਥਪੁਰਾ। ਉੱਥੇ ਇੱਕ ਫਰੰਦਾ ਨਾਂ ਦਾ ਵਿਅਕਤੀ ਤੁਹਾਨੂੰ ਮਿਲੇਗਾ। ਇਹ 20 ਰੁਪਈਏ ਉਹਨਾਂ ਨੂੰ ਮੱਥਾ ਟੇਕ ਦੇਣਾ। ਖਿਆਲ ਕਰਿਓ ਜ਼ਰਾ। ਤੇ 7 ਦਿਨ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਤੁਹਾਨੂੰ ਇੱਕ ਰਵਾਬ ਦੇਣੀ ਹੈ, ਵਜਾਉਣੀ, ਸਿੱਖ ਕੇ ਆਉਣੀ ਹੈ। ਗੱਜ ਕੇ ਆਖੋ ਸਤਨਾਮ। ਉਹ ਮੇਰਾ ਪਿੰਡ ਹੈ ਜੀ। ਅੱਜ ਕੱਲ ਮੈਂ ਵੇਈਂ ਦੇ ਕੰਢੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਆ ਗਿਆ। ਭਾਈ ਮਰਦਾਨਾ ਜੀ ਨੇ ਬੇਬੇ ਨਾਨਕੀ ਵਾਲੇ ਬਾਬੇ ਨਾਨਕ ਤੋਂ ਲਏ ਹੋਏ 20 ਰੁਪਈਏ ਅਕਥਪੁਰੇ ਦੀ ਧਰਤੀ ਪਰ ਆਉਣਾ। ਗੁਰਦੁਆਰਾ ਸ੍ਰੀ ਰਵਾਬਸਰ ਸਾਹਿਬ ਬਣਾਇਆ ਹੈ ਮਹਾਂਪੁਰਸ਼ਾਂ ਸਰਹਾਲੀ ਵਾਲਿਆਂ ਨੇ। ਬਾਬਾ ਜੀ ਨੇ ਆਉਣਾ ਹੈ ਨਾ, ਬਾਬਾ ਭੋਲਾ ਸਿੰਘ ਜੀ ਹੋਣਾ ਨੇ। ਇਹ ਟੋਕਰੀਆਂ ਢੋਂਦੇ ਰਹੇ, ਕਿਤੇ ਇਹਨਾਂ ਨੂੰ ਪੁੱਛਿਓ। ਉਹ ਮੇਰਾ ਪਿੰਡ ਹੈ ਕਰਮਾਂ ਵਾਲਿਓ, ਮੇਰੇ ਕੋਲ ਜ਼ਰੂਰ ਆਇਓ, ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਢਾਡੀ ਕੀ ਹੁੰਦੇ ਨੇ ਤੇ ਇਹ ਕੀਰਤਨ ਦੀ ਆਰੰਭਤਾ ਕਿੱਥੋਂ ਹੋਈ। ਮਰਦਾਨਾ ਜੀ ਰਵਾਬ ਲੈ ਕੇ ਆ ਗਏ ਤੇ ਜਿਸ ਦਿਨ ਪਹਿਲੀ ਉਦਾਸੀ ਨੂੰ ਦੁਨੀਆਂ ਦੇ ਵਾਲੀ ਡਾਂਕੇ ਦੀ ਚੋਟ ਉੱਤੇ ਚੜਿਆ, ਸੋਧਣ ਧਰਤ ਲਕਾਈ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਰਿਆ, ਉਸ ਦਿਨ ਵੀ ਕਰਮਾਂ ਵਾਲੀ ਉਹ ਵਿਸਾਖੀ ਸੀ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਇਹੋ ਹੀ ਤੇ ਤੁਹਾਨੂੰ ਦੱਸਣ ਆਏ। ਪਹਿਲਾਂ ਇੱਕ ਜਕਾਰਾ ਜਿਹੜਾ ਵੇਈ ਨਦੀ ਦੇ ਕੰਢੇ ਤੋਂ ਬਾਬਾ ਨਾਨਕ ਜੀ ਨੇ ਤੁਹਾਡੇ ਲਈ ਘੱਲਿਆ। ਸਤਿਗੁਰੂ ਤੇ ਹਰ ਜਗ੍ਹਾ ਵਿਆਪਕ ਨੇ। ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਿਹੋ ਪੁਕਾਰ। ਮਹਾਰਾਜ ਹਰ ਜਗ੍ਹਾ ਤੇ ਵਿਆਪਕ ਨੇ, ਪਰ ਜਿਹੜੀਆਂ ਯਾਦਾਂ ਅਸੀਂ ਉਹਨਾਂ ਦੀਆਂ ਲੈ ਕੇ ਬੈਠੇ ਹਾਂ। ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਜਾਂਦੇ ਹਾਂ ਇੱਕ ਜਕਾਰਾ ਲੈ ਕੇ ਜਾਂਦੇ ਹਾਂ। ਆਓ ਵੀਰ ਜੀ, ਇੱਕ ਜਕਾਰਾ ਲਾ ਰਹੇ ਨੇ ਇਹ ਬੰਬੇ ਦੀਆਂ ਸੰਗਤਾਂ ਤੇ ਲਾਈਵ ਟੈਲੀਕਾਸਟ ਜਿੱਥੋਂ ਤੱਕ ਵੀ ਹੋ ਰਿਹਾ, ਸੰਗਤਾਂ ਸੁਣ ਰਹੀਆਂ। ਗੁਰੂ ਨਾਨਕ ਨਗਰੀ ਵੇਈ ਦੇ ਕੰਢੇ ਤੋਂ ਗੁਰੂ ਨਾਨਕ ਦੇਵ ਜੀ ਦਾ ਜਕਾਰਾ ਤੁਹਾਡੇ ਲਈ ਲੈ ਕੇ ਆਏ ਹਾਂ, ਉੱਤਰ ਦਿਓ ਫਿਰ। ਹੁਣ ਪਤਾ ਲੱਗਾ ਹੈ ਬਈ ਬੰਬੇ ਵਾਲੇ ਵਿਸਾਖੀ ਮਨਾ ਰਹੇ। ਇਹ 3 ਰਾਤਾਂ ਜਕਾਰੇ ਲੱਗਣੇ ਆ ਤੇ ਮੇਰੇ ਸੁਲਤਾਨਪੁਰ ਤੱਕ ਤੁਹਾਡੀ 2200 ਮੀਲ ਤੱਕ ਆਵਾਜ਼ ਜਾਣੀ ਚਾਹੀਦੀ ਹੈ, ਫਿਰ ਆਨੰਦ ਆਵੇਗਾ। ਆਓ ਗੁਰਮਖੋ, ਜਿਵੇਂ ਜਿਵੇਂ ਸਮਾਂ ਦਿੰਦੇ ਜਾਓਗੇ ਬਹੁਤ ਵੱਡੇ ਖਜ਼ਾਨੇ ਨੇ, ਵੱਡੇ ਸਤਿਗੁਰੂ ਦੀ ਉਸਤ ਦੀ, ਕਰੋੜਾਂ ਜਨਮ ਵੀ ਕਿਉਂ ਨਾ ਮਿਲ ਜਾਣ। ਅਸੀਂ ਭੁੱਲਣਹਾਰ ਜੀਵ ਅਭੁੱਲ ਗੁਰੂ ਕਰਤਾਰ ਦਾਤੇ ਦੀ ਵਡਿਆਈ ਨਹੀਂ ਗਾ ਸਕਦੇ ਤੇ ਨਹੀਂ ਸੁਣ ਸਕਦੇ, ਪਰ ਯਤਨ ਕਰੀਏ। ਜਿਹੜਾ ਮਹਾਰਾਜ ਨੇ ਕਿਹਾ ਇਹ ਨਾ, ਸੁਣ ਤੇ ਪਨੀਤ ਕਹਿਤੇ ਪਵਿੱਤਰ। ਪਰਮੇਸ਼ਰ ਦੀਆਂ ਵਡਿਆਈਆਂ ਕਹਿਣ ਵਾਲਾ ਬੰਦਾ ਪਵਿੱਤਰ ਹੋ ਜਾਂਦਾ ਏ ਤੇ ਗੁਰੂ ਗੋਦ ਅੰਦਰ ਬਹਿ ਕੇ ਸੁਣਨ ਵਾਲਾ ਪਨੀਤ ਹੋ ਜਾਂਦਾ ਏ। ਫਿਰ ਆਪ ਹੀ ਕਹਿੰਦੇ ਨੇ ਪਵਿੱਤਰ 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 ਪਨੀਤ। ਯਤਨ ਕਰੀਏ ਤੋ ਵਿਦਵਾਨਾਂ ਨੇ ਬਚਨ ਕੀਤਾ ਏ, ਇੱਕ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੋ, ਜੋੜੀਏ ਹੱਥ ਔਰ ਗੁਰੂ ਫਤਿਹ ਬੁਲਾਉਂਦਿਆਂ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪ੍ਰਣਾਮ ਹੈ ਤੁਹਾਡੇ ਇਸ ਕਰਨੀ ਨਾਮੇ ਨੂੰ, ਪ੍ਰਬੰਧਕ ਵੀਰਾਂ ਦੀ ਵੱਡੀ ਘਾਲਣਾ ਨੂੰ, ਸਾਧ ਸੰਗਤ ਦੇ ਸਹਿਯੋਗ ਨੂੰ ਕਿ ਕਿੰਨਾ ਸੁੰਦਰ ਤੁਸੀਂ ਇਹ ਪ੍ਰੋਗਰਾਮ ਬਣਾਇਆ। ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਦੁਨੀਆਂ ਵਿੱਚੋਂ
ਪੂਰੀ ਦੁਨੀਆਂ 'ਚ ਘੁੰਮਦੇ ਹਾਂ, ਜੇ ਸਾਡੇ ਸਤਿਗੁਰੂ ਜੀ ਪੂਰੀ ਦੁਨੀਆਂ 'ਚ ਗਏ ਆ ਤੇ ਅਸੀਂ ਵੀ ਜਾਂਦੇ ਹਾਂ। ਸਭ ਤੋਂ ਘੱਟ ਉਮਰ ਵਾਲੀ ਤੇ ਸਭ ਤੋਂ ਘੱਟ ਗਿਣਤੀ ਵਾਲੀ ਕੌਮ ਹੈ ਸਿੱਖ ਕੌਮ। ਤੇ ਦੋ ਗੱਲਾਂ ਵਿੱਚ ਤੁਸੀਂ ਦੁਨੀਆਂ ਵਿੱਚ ਸਭ ਤੋਂ ਵੱਡੇ ਹੋ। ਇੱਕ ਤੇ ਕੋਈ ਕੌਮ ਆਪਣਾ ਜਨਮ ਦਿਨ ਨਹੀਂ ਮਨਾਉਂਦੀ, ਕਿਉਂਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਜਨਮ ਦਿਨ ਹੈ ਕੀ, ਪ੍ਰਗਟ ਦਿਵਸ ਹੈ ਕੀ। ਇਹ ਕੇਵਲ ਤੇ ਕੇਵਲ ਸਿੱਖ ਕੌਮ ਦੇ ਹਿੱਸੇ ਵਿੱਚ ਆਇਆ ਹੈ, ਕਿਉਂਕਿ ਗੁਰੂ ਜੀ ਨੇ ਮੋਹਰ ਲਾ ਦਿੱਤੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੁਸੀਂ ਰੱਬ ਦੀ ਮੌਜ ਵਿੱਚ ਪ੍ਰਗਟ ਹੋਏ ਹੋ ਤੇ ਹਰ ਸਾਲ ਆਪਣਾ ਇਹ ਦਿਨ ਮਨਾਉਂਦੇ ਹੋ। ਸਭ ਤੋਂ ਘੱਟ ਉਮਰ ਵਾਲੀ ਕੌਮ ਤੇ ਸਭ ਤੋਂ ਘੱਟ ਗਿਣਤੀ ਵਾਲੀ ਕੌਮ ਆਪਣਾ ਦਿਨ ਮਨਾਉਂਦੀ ਹੈ। ਦੂਜੀ ਗੱਲ, ਕੋਰੋਨਾ ਦੇ ਵਿੱਚ ਹੋਟਲ ਬੰਦ ਹੋ ਗਏ, ਮੋਟਲ ਬੰਦ ਹੋ ਗਏ, ਏਅਰਲਾਈਨਾਂ ਬੰਦ ਹੋ ਗਈਆਂ, ਸਮੁੰਦਰੀ ਜਹਾਜ਼ ਠੱਪ ਹੋ ਗਏ, ਬੜੇ ਬੜੇ ਨਾਢੂ ਖਾਨਾਂ ਦੀਆਂ ਗੋਡਣੀਆਂ ਲੱਗ ਗਈਆਂ, ਪਰ ਸਿੱਖਾ ਧੰਨ ਤੂੰ, ਧੰਨ ਤੇਰੇ ਗੁਰੂ ਦੀ ਸਿੱਖੀ ਤੇ ਧੰਨ ਤੇਰਾ ਸਤਿਗੁਰੂ। ਕੋਰੋਨਾ ਕਾਲ ਦੇ ਵਿੱਚ ਵੀ ਤੇਰੇ ਗੁਰੂ ਦੀ ਬਰਕਤ ਵਾਲਾ 20 ਰੁਪਈਆਂ ਦਾ ਲੰਗਰ ਤੂੰ ਲਾ ਕੇ ਭੁੱਖਿਆਂ ਦੇ ਢਿੱਡ ਭਰਦਾ ਰਿਹਾ ਹੋਈ, ਇਸ ਤੋਂ ਵੱਡੀ ਵਡਿਆਈ ਤੈਨੂੰ ਹੋਰ ਕੀ ਮਿਲ ਸਕਦੀ ਹੈ। ਸੋ ਆਓ ਹਾਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੈਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਢਾਡੀ ਕੀ ਹੁੰਦੇ ਨੇ ਪਤਾ ਲੱਗੇ, ਸਭ ਤੋਂ ਪਹਿਲਾਂ ਆਪਾਂ ਰਲ ਕੇ ਗਾਈਏ। ਇਹ ਢਾਡੀ ਕਲਾ ਦਾ ਇੱਕ ਪੱਖੀ ਛੰਦ ਹੈ, ਬੰਦੇ ਦੇ ਹਿਰਦੇ ਵਿੱਚੋਂ ਤਿਆਬ ਨਾ ਖਤਮ ਹੁੰਦਾ ਹੋਵੇ ਤੇ ਪੱਖੀ ਛੰਦ ਗਾ ਲਓ ਜਾਂ ਸੁਣ ਲਓ, ਫਿਰ ਕੈਪਸੂਲ ਖਾਣ ਦੀ ਲੋੜ ਨਹੀਂ ਪੈਂਦੀ। ਆਓ ਵੀਰੋ ਭੈਣੋ, ਸੱਚੇ ਸਤਿਗੁਰ ਰੱਖੋ ਸੇਵਕਾਂ ਦੀ ਲਾਜ, ਜਿੰਨੇ ਵੀ ਸੇਵਕ ਸਿੱਖ ਤੇਰੇ ਚਰਨਾਂ ਵਿੱਚ ਆਏ ਨੇ ਮਹਾਰਾਜ, ਇਹਨਾਂ ਦੀ ਲਾਜ ਆਪ ਰੱਖੀ। ਸੁਣੋ ਪਿਆਰ ਦੇ ਨਾਲ, ਇਉਂ ਬੇਨਤੀ ਕੀਤੀ ਜਾ ਰਹੀ। ਵਾਹਿਗੁਰੂ ਬੇਸ ਦੇ ਥੋੜੀ ਜੋਰ, ਸਰੰਗੀ ਬਣਾਓ। ਸੱਚੇ ਸਤਿਗੁਰ
ਸਤਿਗੁਰ ਜੀ ਰੱਖੋ ਸੇਵਕਾਂ ਦੀ ਲਾਜ ਸੱਚੇ ਸਤਿਗੁਰ ਕਰਮਾਂ ਵਾਲਿਓ ਸਤਿਗੁਰਾਂ ਨੇ ਬੜੀ ਵੱਡੀ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਥੋੜਾ ਜਿਹਾ ਮਾਹੌਲ ਬਣਾਉਣ ਦਾ ਯਤਨ ਕਰੋ। ਬੜਾ ਹੀ ਆਨੰਦਮਈ ਪ੍ਰੋਗਰਾਮ। ਔਰ ਦੇਖੋ, ਜਗਾਦਰੀ ਜਮਨਾ ਦਰਿਆ ਦੇ ਕੰਢੇ ਤੇ ਪਾਉਂਟਾ ਸਾਹਿਬ ਬੈਠੀਆਂ ਸੰਗਤਾਂ ਲਾਈਵ ਪ੍ਰੋਗਰਾਮ ਦੇਖ ਰਹੀਆਂ ਤੇ ਉਹਨਾਂ ਨੇ ਮੋਬਾਈਲ ਦੇ ਉੱਤੇ ਨਾਗਰਾ ਸਾਹਿਬ ਜੀ ਨੂੰ ਵਧਾਈ ਘੱਲੀ ਹੈ ਵੀ ਬਾਂਬੇ ਵਾਲਿਓ ਬਹੁਤ ਵੱਡਾ ਉੱਦਮ ਕਰ ਰਹੇ ਜੀ। ਸਤਿਗੁਰੂ ਜਿੱਥੇ ਜਿੱਥੇ ਵੀ ਕੋਈ ਪ੍ਰਾਣੀ ਬੈਠਾ ਹੈ, ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਤੇ ਜੋ ਲਾਈਵ ਟੈਲੀਕਾਸਟ ਪ੍ਰੋਗਰਾਮ ਦੇਖ ਰਹੇ ਨੇ ਜਾਂ ਗੁਰੂ ਚਰਨਾਂ ਦੇ ਵਿੱਚ ਚੱਲ ਰਹੀ ਇਹ ਇਤਿਹਾਸ ਦੀ ਲੜੀ ਨੂੰ ਤੁਸੀਂ ਬਈ ਇਹਦਾ ਵੋਲੀਅਮ ਠੀਕ ਕਰੋ ਭਾਈ ਸਾਹਿਬ ਜੀ, ਕੀ ਹੋ ਰਿਹਾ ਇਹਦੇ ਚ ਪ੍ਰੋਬਲਮ ਹੈ ਕੋਈ ਤੁਹਾਡੀ? ਇੱਥੇ ਆਣ ਕੇ ਦੇਖੋ, ਰੇਸ਼ਾ ਜਿਹਾ ਹੋ ਗਿਆ ਲੱਗਦਾ। ਸਤਸੰਗਤ ਜੀ, ਵਿਸਾਖੀ ਦਾ ਸੰਬੰਧ ਸਿੱਖ ਦੇ ਜੀਵਨ ਦੇ ਨਾਲ ਬੜਾ ਡੂੰਘਾ ਸੰਬੰਧ ਹੈ।
ਕਹਿ ਚੁੱਕਾਂ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਗੜਿਆਂ ਨੂੰ ਬੱਦੇ ਬਣਾਉਣ ਵਾਸਤੇ ਪਹਿਲੀ ਵਿਸਾਖ ਨੂੰ ਵਿਸਾਖੀ ਵਾਲੇ ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਰਦੇ ਨੇ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਰੌਣਕਾਂ ਬਖਸ਼ਿਸ਼ ਕੀਤੀਆਂ ਨੇ ਔਰ ਪੰਜਾਬੀ ਨੂੰ ਦੁਨੀਆਂ ਦੇ ਵਿੱਚ ਉੱਤਮ ਦਰਜਾ ਦੇਣ ਦੇ ਲਈ 35 ਸਾਲ ਬਹੁਤ ਵੱਡੀ ਘਾਲਣਾ ਘਾਲੀ, ਮਿਹਨਤ ਕੀਤੀ। ਸਿੱਖ ਗੁਰੂ ਜੀ ਦੇ ਸਿਧਾਂਤ ਨੂੰ ਦਸਾਂ ਪਾਤਸ਼ਾਹੀਆਂ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਸਮਝਣ ਦਾ ਯਤਨ ਕਰੇ। ਦੁਨੀਆਂ ਦੀ ਕੋਈ ਤਾਕਤ ਹੈ ਜਿਹੜੀ ਸਿੱਖ ਵੱਲ ਕੈਰੀ ਅੱਖ ਕਰਕੇ ਵੇਖ ਲਵੇ? ਮਹਾਕਾਲ ਦਾ ਰੂਪ ਦਿੱਤਾ ਇਹ ਸਿੱਖਾ ਤੈਨੂੰ ਤੇਰੇ ਸਤਿਗੁਰੂ ਨੇ, ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਬਹੁਤ ਵੱਡੀਆਂ ਵਡਿਆਈਆਂ ਦੇ ਦਿੱਤੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਆਈ, ਦਾਤਾ ਹਿੰਦੁਸਤਾਨ ਦੇ ਲੋਕ ਆਪਣੇ ਆਪਣੇ ਧਰਮਾਂ ਦੇ ਮੁਤਾਬਕ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵਾ ਕਰਦੇ ਨੇ, ਕੋਈ ਈਦ, ਕੋਈ ਬਕਰੀਦ, ਕੋਈ ਦੇਵੀਆਂ ਦੇ ਮੁਬਾਰਕ ਚਰਨਾਂ ਵਿੱਚ ਜਾਂਦਾ ਏ, ਕੋਈ ਸ਼ਿਵਰਾਤਰੀ ਦਾ ਮੇਲਾ ਲਾਉਂਦਾ ਏ। ਤੇ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦੀ ਇਹ ਲਾਇਆ ਹੋਇਆ ਸਿੱਖੀ ਦਾ ਬੂਟਾ ਜਿਹੜਾ ਜੋਬਨ ਤੇ ਆਇਆ ਏ, ਤੇ ਤੁਸੀਂ ਵੀ ਕੋਈ ਕਿਰਪਾ ਕਰੋ, ਆਪਾਂ ਵੀ ਕੋਈ ਜੋੜ ਮੇਲਾ ਮਨਾਈਏ। ਤੇ ਦੁਨੀਆਂ ਦੇ ਵਾਲੀ ਨੇ ਫਿਰ ਹੁਕਮ ਕੀਤਾ, ਕਹਿੰਦੇ ਇੱਕ ਵਿਸਾਖ ਨੂੰ ਬੌਲੀ ਦਾ ਕਰ ਟੁੱਟ ਜਾਵੇਗਾ, ਭਾਵ ਇਹ ਆ ਕਿ ਬੌਲੀ ਦੇ ਵਿੱਚ ਪਾਣੀ ਪ੍ਰਗਟ ਹੋ ਜਾਵੇਗਾ, ਆਪਾਂ ਵਿਸਾਖੀ ਪੁਰਬ ਬੌਲੀ ਵਿੱਚ ਇਸ਼ਨਾਨ ਕਰਕੇ ਮਨਾਵਾਂਗੇ। ਵਿਸਾਖੀ ਦਾ ਜੋੜ ਮੇਲਾ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਵਿੱਚ ਸ਼ੁਰੂ ਕੀਤਾ ਹੈ ਔਰ ਪਹਿਲੀ ਵਿਸਾਖੀ ਉਸ ਦਿਨ ਮਨਾਈ ਹੈ ਜਿੱਦਣ ਬੌਲੀ ਸਾਹਿਬ ਦਾ ਕਰ ਟੁੱਟਾ ਹੈ ਤੇ ਪਾਣੀ ਉੱਪਰ ਆਇਆ ਹੈ ਤੇ ਮਹਾਰਾਜ ਨੇ ਤੇ ਸੰਗਤਾਂ ਨੇ ਇਸ਼ਨਾਨ ਕੀਤਾ ਹੈ। ਅੱਗੇ ਚੱਲਦੇ ਜਾਈਏ, ਬੜੇ ਬੜੇ ਇਤਿਹਾਸਕ ਪ੍ਰਮਾਣ ਮਿਲਦੇ ਨੇ। ਰਜਨੀ ਦਾ ਪ੍ਰਮਾਣ ਮਿਲਦਾ ਹੈ ਕਿ ਉਹਦਾ ਪਤੀ ਜਿੱਦਣ ਕੋੜ ਤੋਂ ਅਰੋਗ ਹੋਇਆ ਏ ਉਸ ਦਿਨ ਵੀ ਵਿਸਾਖੀ ਸੀ। ਪਰ ਮੇਰੀ ਕੌਮ ਇਹਨੂੰ ਆਪਣੇ ਪ੍ਰਗਟ ਦਿਵਸ ਵਜੋਂ ਪੂਰੀ ਦੁਨੀਆਂ ਦੇ ਵਿੱਚ ਮਨਾਉਂਦੀ ਏ। ਤੇ ਸ਼ੁਰੂਆਤ ਕਿੱਥੋਂ ਹੁੰਦੀ ਏ, ਮੈਂ ਕੋਈ ਛੜੱਪਾ ਮਾਰ ਕੇ ਅੱਗੇ ਨਹੀਂ ਜਾਵਾਂਗਾ। ਅੱਜ ਮੇਰੇ ਕੋਲ ਜਿੱਥੋਂ ਤੱਕ ਪਹੁੰਚ ਹੋਵੇਗਾ ਮੈਂ ਆਪਣੇ ਮਿੱਠੇ ਹੋਏ ਟਾਈਮ ਦੇ ਵਿੱਚ ਪਹੁੰਚਣ ਦਾ ਯਤਨ ਕਰਾਂਗਾ, ਬਾਕੀ ਕੱਲ੍ਹ ਨੂੰ ਸਹੀ। ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਨੂੰ ਆ ਰਹੇ ਨੇ। ਸਿੱਖ ਨੂੰ ਤੇ ਇੱਕ ਬੰਨੀ, ਸਿੱਖ ਦੇ ਘਰ ਵਿੱਚ ਜਿਹੜੇ ਬੱਚੇ ਨੇ ਜਨਮ ਲੈਣਾ ਹੈ ਨਾ ਕਰਮਾਂ ਵਾਲਿਓ, ਜਨਮ ਤੋਂ ਲੈ ਕੇ ਵੀ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਸਾਕਾ ਕਿਉਂ ਕੀਤਾ ਸੀ। ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰੜ ਨਾ ਦੀਆ, ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਬੜੋ ਕਲੂ ਮੈਂ ਸਾਕਾ, ਐਡਾ ਵੱਡਾ ਸਾਕਾ। ਔਰ ਜਿਹੜੀ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਉਹ ਇਹ ਹੈ ਕਰਮਾਂ ਵਾਲਿਓ,
ਮਹਾਰਾਜ ਦੇ ਸਾਹਮਣੇ ਉਹਦਿਆਂ ਤਿੰਨ ਪਿਆਰਿਆਂ ਨੂੰ ਮਤੀ ਦਾਸ ਜੀ ਨੂੰ, ਸਤੀ ਦਾਸ ਜੀ ਨੂੰ, ਦਿਆਲਾ ਜੀ ਨੂੰ ਬੇਅੰਤ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਮਹਾਰਾਜ ਦੇ ਪਿੰਡੇ ਉੱਤੇ ਜ਼ਖਮ ਕਰਕੇ ਵਕਤ ਦੀ ਹਕੂਮਤ ਨੇ ਲਾਲ ਮਿਰਚਾਂ ਤੇ ਲੂਣ ਮੁੱਠਾਂ ਭਰ ਕੇ ਮਲਿਆ। ਸਤਿਗੁਰੂ ਡੋਲੇ ਨਹੀਂ, ਗੱਲ ਨੋਟ ਕਰਿਓ ਵਿਦਵਾਨ ਸੱਜਣ ਬੈਠੇ ਹੋ, ਇਤਿਹਾਸ ਕਰ ਕਹਿੰਦੇ ਨੇ ਕਿ ਆਖਰੀ ਸਵਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਔਰੰਗਜ਼ੇਬ ਦੀ ਕਚਹਿਰੀ ਵਿੱਚ ਕੀਤਾ ਜਾਂਦਾ ਇੱਕ ਕਾਜ਼ੀ ਵੱਲੋਂ। ਵਕਤ ਦਾ ਕਾਜ਼ੀ ਕਹਿ ਰਿਹਾ ਹੈ, ਗੁਰੂ ਤੇਗ ਬਹਾਦਰ ਜੇ ਤੂੰ ਔਰੰਗਜ਼ੇਬ ਬਾਦਸ਼ਾਹ ਦੀ ਗੱਲ ਨਹੀਂ ਮੰਨੇਗਾ, ਭਾਵ ਇਹ ਹੈ ਕਿ ਮੁਸਲਮਾਨ ਧਰਮ ਧਾਰਨ ਨਹੀਂ ਕਰੇਗਾ, ਗੁਰੂ ਨਾਨਕ ਦੀ ਸਿੱਖੀ ਨੂੰ ਨਹੀਂ ਛੱਡੇਗਾ, ਤੇ ਯਾਦ ਰੱਖ ਇਹ ਸਿਰ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਨਹੀਂ ਜਾਵੇਗਾ। ਇਹ ਗੱਲ ਹੋਈ ਹੈ ਕਰਮਾਂ ਵਾਲਿਓ, ਪੁਆਇੰਟ ਨੋਟ ਕਰੋ, ਮੈਂ ਤੁਹਾਡੇ ਨਾਲ ਪੁਆਇੰਟ ਸਾਂਝੇ ਕਰਨੀ ਹੈ। ਜਰਾ ਹਿਰਦੇ ਨੂੰ ਪਤਾ ਤੇ ਲੱਗੇ, ਜਰਾ ਦਿਲੋ ਦਿਮਾਗ ਦੇ ਅੰਦਰ ਇੱਕ ਸੋਚ ਤੇ ਪੈਦਾ ਹੋਵੇ ਕਿ ਐਡੀਆਂ ਵੱਡੀਆਂ ਇਮਾਰਤਾਂ, ਐਦਾਂ ਦੇ ਸ਼ਮਿਆਨੇ, ਐਦਾਂ ਦਾ ਪੰਡਾਲ, ਐਦਾਂ ਦੀਆਂ ਰੋਸ਼ਨੀਆਂ, ਖਾਣ ਪੀਣ ਲਈ ਅੰਨ, ਔਰ ਪੂਰੀ ਦੁਨੀਆਂ ਦੇ ਵਿੱਚ ਅਸੀਂ ਧੌਣ ਉੱਚੀ ਕਰਕੇ ਜੀ ਰਹੇ ਹਾਂ, ਇਹਦੇ ਪਿੱਛੇ ਸਾਡੇ ਗੁਰੂਆਂ ਦੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ, ਗੁਰੂਆਂ ਨੂੰ ਕਿਹੜੇ ਕਿਹੜੇ ਚੈਲੰਜ ਜ਼ਾਲਮਾਂ ਦੇ ਪ੍ਰਵਾਨ ਕਰਨੇ ਪਏ ਨੇ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਜਿੰਨਾ ਚਿਰ ਇਹ ਨਹੀਂ ਪਤਾ ਲੱਗਦਾ, ਜਿੰਨੇ ਮਰਜ਼ੀ ਪੁਰਬ ਮਨਾ ਲਈਏ, ਇਨਕਲਾਬ ਨਹੀਂ ਜੇ ਆਉਣਾ। ਸਭ ਤੋਂ ਵੱਡਾ ਇਨਕਲਾਬ ਆਪਣੇ ਹਿਰਦੇ ਦੇ ਅੰਦਰ। ਮਹਾਰਾਜ ਨੇ ਕਿਹਾ ਹੈ ਨਾ, ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋ ਨਿਤ ਕਰੇ ਜੋ ਜੰਗ। ਤੇ ਜੰਗ ਦੋ ਪ੍ਰਕਾਰ ਦਾ, ਇੱਕ ਬਾਹਰ ਲਾਏ, ਇੱਕ ਅੰਦਰ ਲਾਏ, ਇਹਦੇ ਤੇ ਆਪਾਂ ਕੱਲ ਬੋਲਾਂਗੇ। ਹੁਣ ਵਕਤ ਦਾ ਕਾਜ਼ੀ ਕਹਿ ਰਿਹਾ ਹੈ ਕਿ ਔਰੰਗਜ਼ੇਬ ਦੀ ਗੱਲ ਨਹੀਂ ਮੰਨੋਗੇ, ਈਨ ਪ੍ਰਮਾਣ ਨਹੀਂ ਕਰੋਗੇ, ਤੇ ਇਹ ਸਿਰ ਲੈ ਕੇ ਆਨੰਦਪੁਰ ਸਾਹਿਬ ਨਹੀਂ ਜਾਓਗੇ। ਤੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਫਿਰ ਨੇਤਰ ਖੋਲੇ। ਨੌਜਵਾਨੋ ਜਰਾ ਧਿਆਨ ਦਿਓ, ਕਹਿੰਦੇ ਹੋ ਕਾਜ਼ੀ ਕੀ ਕਹਿ ਰਿਹਾ ਹੈ, ਅਗਰ ਤੇਰੇ ਬਾਦਸ਼ਾਹ ਦੀ ਈਨ ਪ੍ਰਮਾਣ ਨਹੀਂ ਕਰਾਂਗਾ, ਤੇ ਇਹ ਸਿਰ ਲੈ ਕੇ ਮੈਂ ਆਨੰਦਪੁਰ ਸਾਹਿਬ ਨਹੀਂ ਜਾਵਾਂਗਾ। ਤੇਰੀਆਂ ਫੌਜਾਂ ਦੇ ਜਰਨੈਲ ਸੁਣਦੇ ਨੇ, ਵਕਤ ਦਾ ਬਾਦਸ਼ਾਹ ਔਰੰਗਜ਼ੇਬ ਸੁਣਦਾ ਹੈ, ਲੱਖਾਂ ਮਲਾਣੇ ਸੁਣਦੇ ਨੇ, ਲੱਖਾਂ ਕਾਜ਼ੀ ਸੁਣਦੇ ਨੇ, ਦਿੱਲੀ ਦੇ ਲੋਕ ਸੁਣਦੇ ਨੇ। ਮੈਂ ਗੁਰੂ ਤੇਗ ਬਹਾਦਰ ਤੇਰੇ ਨਾਲ ਵਾਅਦਾ ਕਰਦਾ, ਕਹਦੇ ਆਪਣੇ ਬਾਦਸ਼ਾਹ ਨੂੰ ਜਿੱਥੋਂ ਤੱਕ ਜ਼ੋਰ ਲੱਗਦਾ ਹੈ ਲਾਲਵੇ, ਮੈਂ ਆਨੰਦਪੁਰ ਸਾਹਿਬ ਜਾਵਾਂ ਜਾਂ ਨਾ ਜਾਵਾਂ, ਪਰ ਮੇਰਾ ਸੀਸ ਆਨੰਦਪੁਰ ਜ਼ਰੂਰ ਜਾਵੇਗਾ। ਆਜ਼ਾਦੀ ਭਰਾਵੋ ਏਦਾਂ ਆਉਂਦੀ ਹੈ, ਇਹ ਚੈਲੰਜ ਚੈਲੰਜ ਪ੍ਰਵਾਨ ਕਰਨੇ ਪੈਂਦੇ, ਚੈਲੰਜ ਕਬੂਲਣੇ ਪੈਂਦੇ ਆ, ਔਰ ਉਹਨਾਂ ਚੈਲੰਜਾਂ ਦੇ ਨਾਲ ਉਹਨਾਂ ਹਕੂਮਤਾਂ ਦੇ ਨਾਲ ਇਹੋ ਜਿਹੀਆਂ ਟੱਕਰਾਂ ਲੈਣੀਆਂ ਪੈਂਦੀਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਸ ਉੱਤਰ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ? ਜਾ ਲਾਲਾ, ਜਿੱਥੋਂ ਤੱਕ ਤੇਰੇ ਕੋਲੋਂ ਜ਼ੋਰ ਲੱਗਦਾ ਹੈ, ਮੈਂ ਆਨੰਦਪੁਰ ਸਾਹਿਬ ਜਾਵਾਂ ਜਾਂ ਨਾ ਜਾਵਾਂ, ਪਰ ਮੈਂ ਤੇਰੇ ਨਾਲ ਛਾਤੀ 'ਤੇ ਹੱਥ ਮਾਰ ਕੇ ਕਹਿੰਦਾ ਕਿ ਮੇਰਾ ਸੀਸ ਆਨੰਦਪੁਰ ਜ਼ਰੂਰ ਜਾਵੇਗਾ, ਔਰ ਗਿਆ। ਇਹ ਪੁਆਇੰਟ ਮੈਂ ਤੁਹਾਡੇ ਲਈ ਲੈ ਕੇ ਆਇਆ, ਮੇਰੇ ਵੱਡਿਆਂ ਦੀ ਕਿਰਪਾ ਹੈ, ਮੇਰੇ ਸਤਿਗੁਰੂ ਦੀ ਰਹਿਮਤ ਹੈ, ਪੂਰੇ ਵਿਸ਼ਵ ਦੀਆਂ ਸੰਗਤਾਂ ਦਾ ਸਿਰ ਦੇ ਉੱਤੇ ਹੱਥ, ਅਸੀਸਾਂ ਭਰਿਆ। ਇਹਨੂੰ ਵੀ ਠੀਕ ਕਰ ਦਿਓ, ਇਹ ਅੱਜ ਹੀ ਹੰਭ ਗਿਆ, ਤਿੰਨ ਦਿਨ ਕਿੱਥੋਂ ਕੱਢਾਂਗੇ।
ਖੈਰ ਭਾਈ ਜੈਤਾ ਜੀ ਸੀਸ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਗਏ, ਜਿੱਥੋਂ ਖਾਲਸੇ ਦਾ ਪ੍ਰਗਟ ਦਿਵਸ ਜਿਹੜਾ ਹੈ ਨਾ ਇਹਦਾ ਮੁੱਢ ਵੱਜਦਾ। ਸਾਰੀਆਂ ਸੰਗਤਾਂ ਰੋ ਰਹੀਆਂ ਨੇ, ਕੇਵਲ ਤਿੰਨ ਚੁੱਪ ਨੇ। ਤਿੰਨ ਭੈਣੋ, ਜ਼ਿੰਦਗੀ ਦੇ ਪਿਛਲੇ 35 ਸਾਲ ਪੱਬਾਂ ਕਲੱਬਾਂ ਵਿੱਚ ਨੱਚ ਕੇ ਸਿੱਖਾਂ ਦੇ ਧੀਆਂ ਪੁੱਤਰਾਂ ਨੇ, ਸਿੱਖਾਂ ਨੇ ਪੈਲਸਾਂ ਵਿੱਚ, ਮਾਫੀ ਚਾਹਾਂਗਾ, ਇਹ ਬਰਬਾਦ ਕਰ ਲੈਣੀ। ਗੁਰੂ ਵਾਲਾ ਪੱਖ ਤੇ ਰਿਹਾ ਹੀ ਨਹੀਂ। ਵਿਵਾਹ ਦਾ ਮਤਲਬ ਹੁੰਦਾ ਇਹ ਆਨੰਦ ਕਾਰਜ, ਤੇ ਉੱਥੇ ਜਾ ਕੇ ਕਹਿ ਦੇਣੇ ਗਿਆਨੀ ਜੀ ਜਰਾ ਜਲਦੀ ਕਰ ਦਿਓ ਕਿਉਂਕਿ ਨੱਚਣ ਵਾਲੀਆਂ ਸਦੀਆਂ ਹੋਈਆਂ ਨੇ, ਗੱਜ ਕੇ ਆਖੋ ਸਤਨਾਮ। ਪਰ ਉਦੋਂ ਮਾਤਾ ਨਾਨਕੀ ਯਾਦ ਨਹੀਂ ਆਉਂਦੀ। ਗੁਰੂ ਤੇਗ ਬਹਾਦਰ ਜੀ ਦੀ ਮਾਂ, ਗੁਰੂ ਗੋਬਿੰਦ ਸਿੰਘ ਜੀ ਦੀ ਦਾਦੀ ਤੇ ਚਾਰ ਸਾਹਿਬਜ਼ਾਦਿਆਂ ਦੀ ਪੜਦਾਦੀ, 103 ਸਾਲ ਉਮਰ ਸੀ ਉਸ ਵੇਲੇ। ਤੇ ਮਾਤਾ ਗੁਜਰੀ ਜੀ ਨੇ ਆਸਰੇ ਦੇ ਨਾਲ ਮੰਜੇ ਤੋਂ ਠਾਲਿਆ ਆਪਣੀ ਸੱਸ ਨੂੰ। ਜਦੋਂ ਪਾਲਕੀ ਵਿੱਚ ਪੁੱਤਰ ਦੇ ਕੱਟੇ ਹੋਏ ਸੀਸ ਨੂੰ ਦੇਖਿਆ ਨਾ ਮਾਤਾ ਨਾਨਕੀ ਨੇ, ਅੱਖਾਂ ਵਿੱਚ ਹੰਝੂ ਨਹੀਂ ਆਏ, ਸਿਰ ਦੇ ਉੱਤੇ ਹੱਥ ਰੱਖਿਆ। ਤੇ ਬੁੱਢੀ ਮਾਂ ਦੇ ਬੋਲ ਨੇ, ਮੇਰਾ ਤੇਗਾ ਪੁੱਤਰ ਕੁਰਬਾਨੀ ਕਰਕੇ ਆ ਗਿਆ ਹੈ, ਹੁਣ ਹਿੰਦੁਸਤਾਨ ਤੇ ਹਿੰਦੂ ਧਰਮ ਬਚ ਜਾਵੇਗਾ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ। ਕੇਵਲ ਇੰਨੀ ਗੱਲ ਕਹੀ ਹੈ ਮਾਤਾ ਗੁਜਰੀ ਜੀ, ਕੁਝ ਬੋਲੇ ਨਹੀਂ, ਪਤੀ ਦੇ ਸੀਸ ਦੀਆਂ ਪ੍ਰਕਰਮਾ ਕਰਕੇ ਹੱਥ ਜੋੜ ਕੇ ਸੀਸ ਨਵਾ ਦਿੱਤਾ, ਪਤੀ ਜੀ ਤੁਹਾਡੀ ਧੰਨ ਕੁਰਬਾਨੀ। ਆਓ ਸਾਹਮਣੇ ਖਲੋਤਾ ਹੈ 9.5 ਸਾਲ ਦਾ ਮੇਰਾ ਕਲਗੀਆਂ ਵਾਲਾ ਪ੍ਰੀਤਮ। ਕਿਤੇ ਭਾਈ ਸੰਤੋਖ ਸਿੰਘ ਦੀਆਂ ਬਚਨਾਂ ਦੇ ਉੱਤੇ ਸਿੱਖਾਂ ਅਮਲ ਕਰਕੇ ਵੇਖ। ਭਾਈ ਸਾਹਿਬ ਜੀ ਕਹਿੰਦੇ ਨੇ, ਸ਼ਾਇ ਜਾਤੀ ਏਕਤਾ ਅਨੇਕਤਾ ਬਲਾਈ ਜਾਤੀ ਹੋ ਤਿਕ ਚੀਲ ਤੱਕ ਤੇਵਨ ਕਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮਤ ਸੱਕ ਜਾਤੇ ਪਰਨ ਗ੍ਰਕ ਜਾਤੇ ਸਿਹਤ ਵਿਧਾਨ ਕੀ। ਦੇਵੀ ਦੇਵ ਦੋਹਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪ੍ਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਦਾਨ। ਸਤਿਗੁਰਾ ਤੂੰ ਧੰਨ, ਸਿੱਧੀ ਗੱਲ। ਬਾਬੇ ਬੁੱਲੇ ਨੂੰ ਪੁੱਛ ਲਓ, ਮੁਸਲਮਾਨ ਹੈ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਮੈਂ ਬਾਤ ਕਰੂੰ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ। ਜ਼ੁਲਮੀ ਤੇਗ ਨੇ ਇੱਥੇ ਕੋਈ ਸਿੱਖ ਹਿੰਦੂ ਰਹਿਣ ਦੇਣਾ ਸੀ? 9.5 ਸਾਲ ਦੀ ਉਮਰ, ਦੌੜ ਕੇ ਬਾਪੂ ਦੇ ਸੀਸ ਨੂੰ ਪ੍ਰਣਾਮ ਕਰਕੇ ਭਾਈ ਜੈਤਾ ਜੀ ਨੂੰ ਗੱਲ ਦੇ ਨਾਲ ਲਾ ਲਿਆ। ਜੈਤਿਆ, ਜਦੋਂ ਦੋਵੇਂ ਗੁਰਾਂ ਦੇ ਉੱਤੇ ਜਲਾਲੂਦੀਨ ਨੇ ਤਲਵਾਰ ਦਾ ਵਾਰ ਕੀਤਾ, ਇਹ 1400 ਸਿੱਖ ਸਾਡਾ ਦਿੱਲੀ ਵਿੱਚ ਵਸਦਾ ਹੈ, ਕੋਈ ਮਰਦ ਬਣ ਕੇ ਮੈਦਾਨ ਵਿੱਚ ਹਾਂ ਦਾ ਨਾਰਾ ਮਾਰਨ ਲਈ ਅੱਗੇ ਨਹੀਂ ਆਇਆ? ਕਹਿੰਦੇ ਜੈਤੇ ਦੀਆਂ ਤਾਹਾਂ ਨਿਕਲ ਗਈਆਂ। ਦਸਵੇਂ ਪਾਤਸ਼ਾਹ ਨੂੰ ਭਾਈ ਜੈਤਾ ਦੱਸਦਾ ਏ, ਰੋ ਰੋ ਗਲਾ ਭਰ ਗਿਆ, ਨੀਰ ਅੱਖਾਂ ਵਿੱਚ ਆਇਆ, ਮੇਰੀ ਜੀਭਾ ਨਹੀਂ ਦੱਸ ਸਕਦੀ ਆ, ਦਸਵੇਂ ਪਾਤਸ਼ਾਹ ਜੋ ਜੋ ਜਾਦਮਾ ਨੇ ਸੀ ਉੱਥੇ ਕਹਿਰ ਕਮਾਇਆ। ਆਜ਼ਾਦੀ ਵਿੱਚ ਕਿਸੇ ਦੇ ਹੱਕਾਂ ਨੂੰ ਤੰਗੀ ਨਹੀਂ ਹੁੰਦੀ, ਗੁਲਾਮੀ ਖੁਸ਼ੀ ਦੀਆਂ ਰੰਗਾਂ ਵਿੱਚ ਰੰਗੀ ਨਹੀਂ ਹੁੰਦੀ। ਤਤ ਕੱਢ ਗਿਆ ਵਸ਼ਲ ਦੀਆਂ ਆਸਕਾਂ ਨੇ ਆਜ਼ਾਦੀ ਤੇ, ਵਾਹਿਗੁਰੂ ਗੁਲਾਮੀ ਤੇ ਯਾਰੋ ਰੱਬ ਦੀ ਵੀ ਚੰਗੀ ਨਹੀਂ ਹੁੰਦੀ, ਕੋਈ ਕਿਸੇ ਦਾ ਗੁਲਾਮ ਨਾ ਹੋਵੇ।
ਆਜ਼ਾਦ ਆ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਿਆ ਕਰੋ ਦਾਤਾ ਜੀ, ਤਾਂ ਜ਼ਿੰਦਗੀ ਆਜ਼ਾਦ ਰਹੀਏ, ਕਿਉਂਕਿ ਗੁਲਾਮ ਹੋਣਾ ਬੜਾ ਹੀ ਔਖਾ ਹੈ। ਖਿਆਲ ਕਰਿਆ ਜ਼ਰਾ, ਭਾਈ ਜੈਤਾ ਕਹਿੰਦਾ ਹੈ ਮਹਾਰਾਜ ਉੱਥੇ ਤੇ ਔਰੰਗਜ਼ੇਬ ਨੇ ਟੰਡੋਰਾ ਪਿੱਟਿਆ ਕਿ ਕੋਈ ਗੁਰੂ ਤੇਗ ਬਹਾਦਰ ਦਾ ਸਿੱਖ ਹੋਵੇ ਤੇ ਮੈਦਾਨ ਵਿੱਚ ਆਵੇ, ਤੇ ਮਹਾਰਾਜ ਕਹਿੰਦੇ ਫਿਰ ਆਇਆ ਕਿਉਂ ਨੀ ਕੋਈ? ਕਹਿੰਦੇ ਜੀ ਲੋਕ ਕੇਵਲ ਅੱਖਾਂ ਚੋਂ ਹੰਝੂ ਕੇਰ ਰਹੇ ਸੀ, ਲੋਕ ਡਰਦੇ ਸੀ, ਆਸੀ ਹਾਲ ਸਾਡੀ, ਕਾਮ ਹਮਾਰਾ ਤੋਲੇ ਤੱਕੜੀ, ਨੰਗੀ ਕਰਦ ਕਦੇ ਨਾ ਪਕੜੀ, ਉਹ ਚਿੜੀ ਉਡੇ ਡਰ ਸੇ ਕਮ ਜਾਊ, ਮੈਂ ਇਨ ਮੁਗਲਨ ਸੇ ਕੈਸੇ ਲੜ ਪਾਊ। ਲੋਕਾਂ ਦੀ ਆਹ ਹਾਲਤ ਉਸ ਵੇਲੇ, ਫਿਰ ਕਲਗੀਆਂ ਵਾਲੇ ਨੇ ਆਪਣੀ ਤੇਗ ਬੇਮਿਆਨ ਕੀਤੀ, ਜੈਤਿਆ ਮੈਂ ਧਰਤੀ ਦੇ ਉੱਤੇ ਇਹੋ ਜਿਹਾ ਸਿੱਖ ਨਹੀਂ ਰਹਿਣ ਦੇਵਾਂ। ਦਸਵੇਂ ਪਾਤਸ਼ਾਹ ਜੈਤੇ ਨੂੰ ਕਹਿਣ ਲੱਗੇ, ਮੈਂ ਸਿੱਖਾਂ ਸੇਵਕਾਂ ਨੂੰ ਸੱਪੇ ਵਰਦਿਆਂ ਗਾ ਕੱਢ ਕੇ ਕੈਰਤਾ ਬੁਜਦਲੀ ਦਿਲਾਂ ਵਿੱਚੋਂ, ਮੁਰਦਾ ਰੂਹਾਂ ਵਿੱਚ ਵੀਰਤਾ ਭਰਦਿਆਂ ਗਾ, ਉਹ ਹੱਸ ਹੱਸ ਕੇ ਮੌਤ ਨੂੰ ਵਰਨ ਜਿਹੜੇ, ਐਸੇ ਸੂਰਮੇ ਅਣਖੀਲੇ ਬਣਾਵਾਂਗਾ ਮੈਂ ਕਾਢੀ ਦਿਲਾਂ ਚੋਂ ਮੌਤ ਦਾ ਡਰਦਿਆਂਗਾ। ਹੁਣ ਜਰਾ ਅੰਦਾਜ਼ਾ ਲਾਈਏ, ਡਰ ਜਾਂਦੀ ਮਾਤਾ ਗੁਜਰੀ, ਡਰ ਜਾਂਦੀ ਮਾਤਾ ਨਾਨਕੀ, ਡਰ ਜਾਂਦਾ ਪੌਣੇ ਨੌ ਸਾਲ ਦਾ ਮੇਰਾ ਕਲਗੀਆਂ ਵਾਲਾ, ਤੇ ਹਿੰਦੁਸਤਾਨ ਬਚ ਸਕਦਾ ਸੀ, ਭਾਰਤ ਬਚ ਸਕਦਾ ਸੀ। ਸਿੱਖਾ ਮਾਣ ਕਰ, ਉੱਚਾ ਉੱਠ, ਇੱਕ ਇੱਕ ਨੂੰ ਗਲ ਦੇ ਨਾਲ ਲਾਇਆ, ਤੇ ਕਹਿੰਦੇ ਇਹੋ ਜਿਹਾ ਸਿੰਘ ਪੈਦਾ ਕਰ ਦੇਵਾਂਗਾ, ਲੱਖਾਂ ਦੇ ਵਿੱਚ ਵੀ ਖੜੋਤਾ ਹੋਵੇ, ਦੁਨੀਆਂ ਮਾਣ ਵਾਲ ਕਵੇਗੀ ਉਹ ਕਲਗੀਆਂ ਵਾਲੇ ਗੁਰੂ ਦਾ ਸਿੰਘ ਖਲੋਤਾ ਹੈ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਬਾਪੂ ਦੇ ਸੀਸ ਦਾ ਸੰਸਕਾਰ ਕੀਤਾ ਜਾਂਦਾ, ਕੌਮ ਦੀ ਵਾਗਡੋਰ ਸੰਭਾਲੀ ਜਾਂਦੀ ਹੈ, ਪੰਘਾਣੀ ਦਾ ਜੰਗ ਲੜਿਆ ਜਾਂਦਾ ਹੈ, ਨਗਾਰਿਆਂ ਦੇ ਉੱਤੇ ਚੋਟਾਂ ਲਾਈਆਂ ਜਾਂਦੀਆਂ ਨੇ, ਕਲਗੀਧਰ ਰਣਜੀਤ ਤੇ ਚੋਟਾਂ ਦਿੱਤੀਆਂ, ਲਾ ਸੂਰਮਿਆਂ ਨੂੰ ਚੜ ਗਏ ਮਨ ਮਨ ਪੱਕੇ ਚਾ, ਉੱਥੇ ਪੁੱਛਦੇ ਫਿਰਦੇ ਮੌਤ ਦਾ ਕਈ ਵਣਜਾਰੇ ਪਾ, ਦਿਲਾਂ ਦੇ ਵਿੱਚੋਂ ਡਰ ਦੂਰ ਕਰ ਦਿੱਤਾ ਗਿਆ। ਧਿਆਨ ਦਿਓ ਜ਼ਰਾ, ਇੱਥੇ ਇੱਕ ਵਾਰਤਾ ਆਉਂਦੀ ਏ, ਜਦੋਂ ਫਿਰ 1699 ਦੀ ਵਿਸਾਖੀ ਆਈ ਨਾ, ਤੇ ਖਾਲਸਾ ਪ੍ਰਗਟ ਕਰਨਾ ਏ ਤੇਗ ਦੀ ਧਾਰ ਵਿੱਚੋਂ, ਪਰ ਵਕਤ ਦੇ ਜਿਹੜੇ ਧਾਰਮਿਕ ਆਗੂ ਸੀ ਉਹ ਲੋਕ ਵਿਪਰਵਾਦੀ ਲੋਕ, ਸਤਿਗੁਰਾਂ ਨੇ ਉਹਨਾਂ ਦੀ ਸਲਾਹ ਲੈਣੀ ਜਿਹੜੀ ਏ ਅਤ ਜ਼ਰੂਰੀ ਸਮਝੀ, ਐਵੇਂ ਕਿੰਤੂ ਪਰੰਤੂ ਨਾ ਕਰਨ ਲੱਗ ਪਿਆ ਕਰੀਏ। ਕੋਈ ਵਿਦਵਾਨ ਕਿਸੇ ਦੇ ਕੋਲ ਚਲਿਆ ਗਿਆ, ਅੱਜ ਫੇਸਬੁੱਕ ਦਾ ਯੁੱਗ, ਅਸੀਂ ਕਮੈਂਟ ਕਰਨ ਲੱਗ ਪੈਂਦੇ ਹਾਂ, ਬਾਬਾ ਜੀ ਨੀ ਗਏ ਠੱਲਣ ਠੱਗ ਦੇ ਕੋਲ, ਟਾਈਮ ਥੋੜਾ ਹੈ, ਮੈਂ ਇੱਧਰ ਨੂੰ ਨਾ ਜਾਵਾਂ, ਕੌਡੇ ਦੇ ਕੋਲ ਗਏ ਨੇ, ਭੂਬੀਆਂ ਦੇ ਕੋਲ ਗਏ ਨੇ, ਬਲੀ ਕੰਡਾਰੀ ਦੇ ਕੋਲ ਗਏ ਨੇ, ਸੱਜਣ ਠੱਗ ਦੇ ਕੋਲ ਗਏ ਨੇ, ਜਾ ਜਾ ਕੇ ਉਹਨਾਂ ਦੇ ਬੇੜੇ ਪਾਰ ਕੀਤੇ, ਨੂਰ ਜਹਾਂ ਵਰਗੀਆਂ ਜਾਦੂਗਰ ਦੀਆਂ ਗ੍ਰਸੀਆਂ ਹੋਈਆਂ ਕਾਮ ਦੇ ਵਿੱਚ, ਮਹਾਰਾਜ ਉਹਨਾਂ ਦੇ ਕੋਲ ਵੀ ਗਏ ਨੇ, ਨਾ ਜਾਂਦੇ ਤੇ ਉਹਨਾਂ ਦਾ ਭਲਾ ਕੌਣ ਕਰਦਾ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ, ਭਲਾ ਕਰਨ ਵਾਸਤੇ ਵੀਰੋ ਜਾਣਾ ਪੈਂਦਾ। ਇਸ ਕਰਕੇ ਮੈਂ ਬੇਨਤੀ ਕਰਦਾ ਜਾਵਾਂ,
ਦੁਨੀਆਂ ਦੇ ਵਾਲੀ ਮੇਰੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਪੁੱਛਿਆ ਹੈ ਕਿ ਜ਼ੁਲਮ ਵੱਧਦੇ ਜਾ ਰਹੇ ਨੇ, ਕੀ ਕੀਤਾ ਜਾਵੇ? ਮਹਾਰਾਜ, ਨੈਣਾ ਦੇਵੀ ਦੇ ਟਿੱਲੇ ਉੱਤੇ ਹਮਨ ਕੀਤਾ ਜਾਵੇ। 125,000 ਦੀ ਸਮੱਗਰੀ, 9 ਮਹੀਨੇ। ਪਰ ਜਦੋਂ ਦੇਵੀ ਪ੍ਰਗਟ ਨਾ ਹੋਈ, ਦੁਨੀਆਂ ਦੇ ਵਾਲੀ ਉਹਨਾਂ ਲੋਕਾਂ ਦੇ ਕੋਲ ਜਾ ਕੇ ਕਹਿੰਦੇ ਨੇ, ਹੁਣ ਕੀ ਹੋਇਆ? ਮਹਾਰਾਜ, ਇਹ ਬਲੀ ਮੰਗਦੀ ਹੈ। ਕਿਹਦੀ ਬਲੀ ਮੰਗਦੀ ਹੈ? ਮਹਾਨ ਆਤਮਾ ਦੀ, ਉੱਚੀ ਆਤਮਾ ਦੀ। ਤੇ ਗੁਰੂ ਨਾਨਕ ਦਾ ਘਰ ਕਦੇ ਠੱਗਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ, ਪੰਡਿਤ ਜੀ, 9 ਮਹੀਨੇ ਹੋ ਗਏ ਨੇ ਹਵਨ ਕੁੰਡ ਉੱਤੇ ਬੈਠੇ ਮੰਤਰ ਪੜ੍ਹਦੇ ਆ, ਤੁਹਾਡੇ ਤੋਂ ਵੱਡਾ ਪਵਿੱਤਰ ਕੌਣ ਹੋ ਸਕਦਾ ਹੈ? ਕੱਲ ਨੂੰ ਤੁਹਾਡੀ ਬਲੀ ਦਿੱਤੀ ਜਾਣੀ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਸਿੱਖਾ ਸੁਚੇਤ ਹੋ। ਮਹਾਰਾਜ, ਮੈਂ ਨਹਾ ਕੇ ਆਵਾਂ ਤੇ 325 ਸਾਲ ਹੋ ਗਏ ਨੇ ਨਹਾਉਣ ਗਿਆ, ਪੰਡਿਤ ਹਲੇ ਤੱਕ ਮੁੜ ਕੇ ਨਹੀਂ ਆਇਆ। ਇੱਕ ਵਾਰੀ ਫਿਰ ਗੱਜ ਕੇ ਕਹਿ ਦਿਓ ਸਤਨਾਮ। ਆਦਤ ਕੀਤੀ ਦੁਨੀਆਂ ਦੇ ਵਾਲੀ ਨੇ। ਲਓ ਜੀ, ਆ ਗਏ ਆਨੰਦਪੁਰ ਸਾਹਿਬ। ਵਿਸਾਖੀ ਤੋਂ 3 ਮਹੀਨੇ ਪਹਿਲਾਂ ਦੀਆਂ ਗੱਲਾਂ। ਕਲਮਾਂ ਘੜੀਆਂ ਗਈਆਂ, ਸ਼ਾਹੀ ਤਿਆਰ ਕੀਤੀ ਗਈ, ਕਾਗਜ਼ ਤੇ ਬੰਬੇ ਤੱਕ, ਕਾਬਲ ਕੰਧਾਰ ਤੱਕ, ਉੜੀਸਾ ਤੱਕ ਮੇਰਾ ਕਲਗੀਆਂ ਵਾਲਾ ਵਸਦੇ ਹੋਏ ਸਿੱਖਾਂ ਨੂੰ ਚਿੱਠੀਆਂ ਲਿਖਣ ਲੱਗਾ ਏ। ਆਓ ਸੁਣੀਏ ਇੱਕ ਢਾਡੀ ਕਲਾ ਦਾ ਸਾਖਾ, ਬਈ ਖਾਲਸੇ ਦੀ ਸਿਰਜਣਾ, ਖਾਲਸੇ ਨੂੰ ਪ੍ਰਗਟ ਕਰਨਾ ਏ ਤੇ ਪੂਰੀ ਦੁਨੀਆਂ ਵਿੱਚ ਵਸਦੇ ਪਿਆਰਿਆਂ ਸਿੱਖਾਂ ਨੂੰ ਚਿੱਠੀਆਂ ਪਾ ਕੇ ਆਨੰਦਪੁਰ ਆਉਣ ਦਾ ਸੱਦਾ ਕਲਗੀਆਂ ਵਾਲੇ ਨੇ ਹੇ ਐਂ ਦਿੱਤਾ ਬਈ।
ਦੁਨੀਆਂ ਦੇ ਵਾਲੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪੱਤਰ ਲਿਖ ਦਿੱਤੇ, ਇੱਥੋਂ ਤੱਕ ਮਹਾਰਾਜ ਦੀਆਂ ਚਿੱਠੀਆਂ ਆਈਆਂ। ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਵੱਡੀਆਂ ਤਰੱਕੀਆਂ ਕਰ ਲਈਆਂ, ਪਰ ਇਹੋ ਜਿਹੇ ਕੀਮਤੀ ਖਜ਼ਾਨੇ ਉਹ ਚਿੱਠੀਆਂ ਮਹਾਰਾਜ ਦੇ ਹੁਕਮਨਾਮੇ ਪਤਾ ਹੀ ਨਹੀਂ ਹੈਗੇ ਨੇ ਦੁਨੀਆਂ ਵਿੱਚ ਕਿਤੇ, ਪਰ ਅਸੀਂ ਬਹੁਤਾ ਧਿਆਨ ਹੀ ਨਹੀਂ ਦਿੱਤਾ। ਗੱਜ ਕੇ ਆਖੋ ਸਤਨਾਮ, ਹੁਣ ਹਲੂਣੇ ਨੇ ਅਰਦਾਸਾਂ ਕਰੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ, ਕਿ ਪੂਰੀ ਦੁਨੀਆਂ ਵਿੱਚ ਜਿੱਥੇ ਵੀ ਸਾਡੇ ਦਸਾਂ ਗੁਰੂਆਂ ਦੀਆਂ ਨਿਸ਼ਾਨੀਆਂ, ਉਹ ਚਿੱਠੀਆਂ ਪੱਤਰ ਲਿਖ ਕੇ ਗੁਰਾਂ ਨੇ ਸੰਗਤਾਂ ਵੱਲ ਘੱਲੇ ਤੇ ਪੜ੍ਹ ਕੇ ਗੁਰਸਿੱਖ ਤੁਰ ਪਏ ਆਨੰਦਪੁਰ ਵੱਲੇ। CID ਨੇ ਔਰੰਗਜ਼ੇਬ ਨੂੰ, ਮੈਂ ਇੱਕ ਮਿੰਟ ਆਪ ਜੀ ਦਾ ਲਵਾਂਗਾ ਜੀ, ਰਿਪੋਰਟ ਦੇ ਦਿੱਤੀ ਹੈ ਬਾਦਸ਼ਾਹ ਕਲਗੀਆਂ ਵਾਲਾ ਗੁਰੂ ਕੋਈ ਕ੍ਰਿਸ਼ਮਾ ਕਰਨ ਲੱਗਾ ਹੈ। ਉਹਨੇ ਕਾਬਲ ਕੰਧਾਰ ਤੱਕ, ਮੱਧਿਆ ਪ੍ਰਦੇਸ਼ ਤੱਕ, ਮਹਾਰਾਸ਼ਟਰ ਬੰਬੇ ਤੱਕ, ਪੂਨੇ ਸਤਾਰੇ ਤੱਕ, ਉੜੀਸਾ ਤੱਕ, ਅਸਾਮ ਗੁਹਾਟੀ ਤੱਕ, UP CP ਤੱਕ ਪੱਤਰ ਲਿਖ ਦਿੱਤੇ ਨੇ, ਘੋੜ ਸਵਾਰ ਭੇਜ ਦਿੱਤੇ ਨੇ, ਤੇ ਜਿਹੜਾ ਵੀ ਗੁਰੂ ਦਾ ਪੱਤਰ ਪੜ੍ਹ ਲੈਂਦਾ ਇਹ ਕੰਮ ਕਾਰ ਛੱਡ ਕੇ ਅਨੰਦਪੁਰ ਸਾਹਿਬ ਵੱਲ ਨੂੰ ਤੁਰਨ ਲੱਗਾ ਹੀ, ਉਹ ਤੁਰ ਪਏ ਆ, ਲੋਕ ਲੱਖਾਂ ਦੇ ਇਕੱਠ ਹੋਣੇ ਨੇ। ਫਿਰ ਕਵਾਂਗਾ ਧੰਨ ਮੇਰਾ ਸਤਿਗੁਰੂ, ਧੰਨ ਸਤਿਗੁਰੂ ਦੀ ਸਿੱਖੀ ਤੇ ਧੰਨ ਗੁਰੂ ਦੇ ਸਿੱਖ। ਦਰਿਆਵਾਂ ਦੇ ਪਤਨ ਰੋਕ ਲੈ ਗਏ ਨੇ ਔਰੰਗਜ਼ੇਬ ਦੀਆਂ ਫੌਜਾਂ ਵੱਲੋਂ। ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਪਗਡੰਡੀ ਰਸਤਿਆਂ ਦੇ ਉੱਤੇ ਫੌਜੀ ਪਿਕਟਾਂ ਬਿਠਾ ਦਿੱਤੀਆਂ ਜਾਂਦੀਆਂ, ਰੋਕਾਂ ਲਾ ਦਿੱਤੀਆਂ ਜਾਂਦੀਆਂ ਕਿ ਇਕੱਠ ਨਾ ਹੋ ਸਕੇ, ਪਰ ਉਹਦੇ ਬਾਵਜੂਦ ਵੀ ਉਹਨਾਂ ਵੇਲਿਆਂ ਵਿੱਚ 325 ਸਾਲ ਪਹਿਲਾਂ 1,00,000 ਦਾ ਇਕੱਠ ਤੁਸੀਂ ਸਿੱਖਾਂ ਨੇ ਅਨੰਦਪੁਰ ਵਿੱਚ ਕਰਕੇ ਵਿਖਾ ਦਿੱਤਾ। ਗੱਜ ਕੇ ਆਖੋ ਸਤਨਾਮ। ਸੋ ਸਤ ਸੰਗਤ ਜੀ, ਹਕੀਕਤਾਂ ਤੋਂ ਪਰਦੇ ਚੱਕਣ ਦੀ ਲੋੜ ਹੈ, ਮਰਦ ਬਣ ਕੇ ਵਿਚਰਨ ਦੀ ਲੋੜ ਹੈ। ਮਰਦ ਬਣ ਕੇ ਵਿਚਰਨ ਕਿੱਦਾਂ ਹੋਣਾ ਹੈ? ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਪਹਿਲੇ ਢਾਡੀ ਯਥਾ ਆਇਆ ਨਾ, ਸੁਰ ਸਿੰਘ ਪਿੰਡ ਦੇ ਬਾਬਾ ਨੱਥਾ ਜੀ ਤੇ ਬਾਬਾ ਅਬਦੁੱਲਾ ਜੀ, ਵਕਤ ਦੇ ਬਾਦਸ਼ਾਹ ਦੀ CID ਉਹਨਾਂ ਹਾਥੀਆਂ ਨੂੰ ਕਿ ਵਾਹਿਗੁਰੂ ਢਾਡੀਆਂ ਨੂੰ ਘੇਰ ਲੈਂਦੀ ਹੈ। ਇੱਕ ਧਮਕੀ ਦਿੱਤੀ ਜਾਂਦੀ ਹੈ ਕਿ ਤੁਸੀਂ ਚੱਲਿਓ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਵਾਰਾਂ ਗਾਉਣ ਵਾਸਤੇ। ਢਾਡੀ ਸਿੰਘੋ, ਜੇ ਵਕਤ ਦੀ ਹਕੂਮਤ ਬਾਦਸ਼ਾਹ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕੀਤੀ ਤੇ ਪੰਜਵੇਂ ਗੁਰਾਂ ਦੇ ਸਾਕੇ ਨੂੰ ਯਾਦ ਕਰ ਲਿਓ, ਇਹ ਹਕੂਮਤ ਦੀਆਂ ਚਾਟੜੀਆਂ ਵੱਲੋਂ ਢਾਡੀਆਂ ਨੂੰ ਧਮਕੀ ਦਿੱਤੀ ਗਈ ਸੀ। ਧਿਆਨ ਦਿਓ ਜ਼ਰਾ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ, ਜੇ ਤੇ ਹੁੰਦੇ ਡਰਪੋਕ ਤੇ ਉਹਨਾਂ ਦੀਆਂ ਗਿੱਦੜ ਭਵਕੀਆਂ ਤੋਂ ਡਰ ਜਾਂਦੇ, ਪਰ ਉਹ ਸੀ ਅਣਖੀਲੇ ਢਾਡੀ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਸਿਰ ਤਲੀ ਦੇ ਉੱਤੇ ਧਰ ਕੇ ਇੱਕ ਵਾਰ ਪੜੀ, ਦੋ ਤਲਵਾਰੀ ਵਧੀਆਂ, ਇੱਕ ਅਮੀਰ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਕੱਢ ਦਰਵਾਜ਼ਾ ਪਲਖ ਬਖੀਰ ਦੀ, ਨਾਲ ਸਿਪਾਹੀ ਨੀਲ ਲਾਲ ਮਰ ਦੋਸ਼ਟਾਂ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਗੋਡਣੀਆਂ ਲਵਾ ਕੇ ਰੱਖ ਦਿੱਤੀਆਂ ਢਾਡੀਆਂ ਦੀਆਂ ਵਾਰਾਂ ਨੇ ਜਹਾਂਗੀਰ ਤੇ ਉਹਦੇ ਚੰਦੂ ਵਰਗੇ ਚਾਟੜਿਆਂ ਦੀਆਂ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਸੋ ਕੱਲ ਨੂੰ ਬਖਸ਼ੇ ਥੋੜਾ ਜਿਹਾ ਵੱਡਾ ਅਰੇਂਜਮੈਂਟ ਕਰ ਲਿਓ ਵੀਰ ਜੀ, ਕਿਉਂਕਿ ਇਹ ਸੁਰਾਂ ਨੇ ਤੇ ਚੜ੍ਹਦੀ ਕਲਾ ਦੇ
ਤੀਰਾਂ ਤਲਵਾਰਾਂ ਦੇ ਬਹਾਦਰਾਂ ਦੀਆਂ ਵਾਰਾਂ ਦੇ ਉਹ ਮਾਰ ਮਾਰ ਕੇ ਨਾਗਰੀਆਂ ਮੱਥੇ ਬਿੰਨ ਦਿੱਤੇ ਗੁਰੂ ਦੇ ਪਿਆਰੇ ਹਾਥੀਆਂ ਨੇ। ਪਰ ਜਾਂਦਾ ਜਾਂਦਾ ਅੱਜ ਦੇ ਦੀਵਾਨ ਵਿੱਚ ਕਹਿ ਜਾਵਾਂ, ਜਦੋਂ ਬਚਿੱਤਰ ਸਿੰਘ ਮੁੜ ਕੇ ਆਇਆ ਨਾ ਹਾਥੀ ਦਾ ਮੱਥਾ ਬਿੰਨ ਕੇ, ਸਤਿਗੁਰੂ ਜੀ ਵਾਲਾ ਪੱਖ ਨਹੀਂ ਛੱਡਣਾ ਗੁਰਸਿੱਖਾ, ਜੇ ਜੀਵਨ ਵਿੱਚ ਤਰੱਕੀ ਚਾਹੁੰਦਾ ਹੈ, ਜੇ ਜੀਵਨ ਯਾਤਰਾ ਨੂੰ ਸਫਲ ਕਰਨਾ ਹੈ ਤੇ ਗੁਰੂ ਮਹਾਰਾਜ ਵਾਲਾ ਪੱਖ ਇੱਕ ਸਕਿੰਟ ਵਾਸਤੇ ਵੀ ਨਹੀਂ ਛੱਡਣਾ। ਮਹਾਰਾਜ ਨੇ ਇੱਕ ਗੱਲ ਕਹੀ ਸੀ ਕਲਗੀਆਂ ਵਾਲੇ ਨੇ, ਕਹਿੰਦੇ ਬੇਟਾ ਬਚਿੱਤਰ ਸਿੰਘ ਜਿਹੜੀ ਤੂੰ ਹਾਥੀ ਨਾਲ ਕੀਤੀ ਇਹ ਲੜਾਈ, ਇਹ ਪਤਾ ਮੇਰੀ ਕਿੰਨੇ ਯੁੱਗਾਂ ਦੀ ਕਮਾਈ ਹੈ। ਉੱਥੇ ਲੜਦੀਆਂ ਨੇ ਕਮਾਈਆਂ, ਜਿੱਤ ਪ੍ਰਾਪਤ ਕਰਦੀਆਂ ਨੇ ਕਮਾਈਆਂ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਯੁੱਗਾਂ ਦੀ ਕਮਾਈ ਨੇ ਹਾਥੀ ਦਾ ਮੱਥਾ ਬਿੰਨਿਆ ਏ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਸੋ ਏਦਾਂ ਨਹੀਂ, ਆ ਤਿੰਨ ਰਾਤਾਂ ਵੀ ਗੁਰੂ ਨੂੰ ਨਹੀਂ ਦੇ ਸਕਦੇ, ਇਹਦਾ ਮਤਲਬ ਛਕਣ ਛਕਾਉਣੀ ਥੋੜਾ, ਆਪਾਂ ਇਕੱਲੇ ਆਏ ਹਾਂ। ਗੱਜ ਧੱਜ ਕੇ ਆਓ, ਸੱਜ ਕੇ ਆਓ, ਐਂ ਰੋਬ ਦੇ ਨਾਲ ਆਓ, ਪਰਸਨੈਲਿਟੀ ਦੇ ਨਾਲ ਆਓ, ਟੌਰ ਦੇ ਨਾਲ ਆਓ, ਗੁਰੂ ਦਾ ਸਿੱਖ। ਮਹਾਰਾਜ ਕਹਿੰਦੇ ਦੋ ਵੇਲੇ ਕੇਸਾਂ ਵਿੱਚ ਕੰਘਾ ਕਰ, ਜਤੀ ਬਣਾਏ ਪਹਿਨ ਕਸ਼ਹਿਰੇ ਤੇ ਕੜਾ ਕਰਮੋ ਡਰਨ ਲਈ, ਕੰਘਾ ਕੇਸ ਵਾਰੇ ਤੇ ਕਿਰਪਾਨ ਹੈ ਰੱਖਿਆ ਕਰਨ ਲਈ। ਜੀ ਕਰਦਾ ਹੈ ਕਿ ਸਾਰੀ ਰਾਤ ਤੁਹਾਡੇ ਨਾਮ ਲਾ ਦੇਵਾਂ, ਗਾਈ ਜਾਵਾਂ ਗਾਈ ਜਾਵਾਂ, ਕਿਉਂਕਿ ਮੇਰੇ ਬਾਬੇ ਨਾਨਕ ਨੇ ਆਖਿਆ ਇਹ ਗਾਵੋ ਪ੍ਰਭ ਕੇ ਗੀਤ, ਪਰਮਾਤਮਾ ਦੇ ਗੀਤ ਗਾਓ, ਕਦੇ ਵੀ ਨਾ ਅੱਕੋ ਤੇ ਕਦੇ ਵੀ ਨਾ ਥੱਕੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸੰਗਤਾਂ ਆਨੰਦਪੁਰ ਵਿੱਚ ਜੁੜ ਗਈਆਂ ਨੇ ਤੇ ਫਿਰ ਕੀ ਭਾਣੇ ਵਾਪਰੇ ਨੇ, ਇਹ ਕੱਲ ਨੂੰ ਆਪਾਂ ਤੱਤ ਕੱਢਾਂਗੇ, ਖਾਲਸਾ ਪ੍ਰਗਟ ਕਰਾਂਗੇ, ਪਰਸੋਂ ਦੇ ਦੀਵਾਨ ਵਿੱਚ ਜੰਗਾਂ ਯੁੱਧਾਂ ਦੀ ਗੱਲ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਡਿਫੈਂਸ ਕਰਨੀ ਸਾਨੂੰ ਕਿਵੇਂ ਸਿਖਾਈਏ, ਤੇ ਅੱਜ ਸਿੱਖਾਂ ਤੂੰ ਪੂਰੀ ਦੁਨੀਆਂ ਦੇ ਵਿੱਚ ਵਿਚਰ ਗਿਆ ਏ, ਕਿਵੇਂ ਡਿਫੈਂਸ ਕਰਨੀ ਏ, ਦੁਨੀਆਂ ਦਾ ਭਲਾ ਕਿਵੇਂ ਮੰਗਣਾ ਏ। ਮਹਾਰਾਜ ਨੇ ਤੇਰੇ ਤੇ ਮਿਹਰ ਕੀਤੀ ਹੈ ਬੰਬੇ ਵਾਲਿਓ, ਪ੍ਰਬੰਧਕ ਵੀਰਾਂ ਨੇ ਤੁਹਾਡੀ ਦਸਾਂ ਨੌਹਾਂ ਦੀ ਕਿਰਤ ਨੂੰ ਇਕੱਤਰਤ ਕਰਕੇ ਜੋ ਉਹਨਾਂ ਦਾ ਜੁੰਮਾ ਸੀ ਤੁਸਾਂ ਨੇ ਲਾਇਆ, ਉਹ ਉਹਨਾਂ ਨੇ ਕਰਕੇ ਵਿਖਾ ਦਿੱਤਾ ਏ। ਗੁਰੂ ਘਰ ਦੇ ਵਿੱਚ ਵੇਖੋ ਕਿੰਨੀ ਚੜ੍ਹਦੀ ਕਲਾ ਏ, ਗਰਾਊਂਡ ਚਾਰ ਚੁਫੇਰੇ ਲਾਈਟਾਂ ਸ਼ਮਿਆਨੇ, ਭਾਵ ਕੇ ਆਨੰਦ ਬਣਿਆ ਏ। ਉਹ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਨੇ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਬੰਧਕ ਵੀਰਾਂ ਨੇ, ਸੇਵਾਦਾਰ ਵੀਰਾਂ ਨੇ, ਲੰਗਰ ਲਾਉਣ ਵਾਲਿਆਂ ਨੇ, ਪਕਾਉਣ ਤੇ ਵਰਤਾਉਣ ਵਾਲਿਆਂ ਲੈ ਲਈਆਂ। ਹੁਣ ਸੰਗਤ ਜੀ ਆਪਾਂ ਬੁਲਾ ਰਹੇ ਨੇ ਤੇ ਸੰਗਤ ਨੇ ਦੇਖਣਾ ਹੈ ਕਿ ਆਪਾਂ ਪ੍ਰਬੰਧਕਾਂ ਦੀ ਇਸ ਨੇਕ ਨੀਅਤ ਦਾ ਕੀ ਨਤੀਜਾ ਕੱਢਦੇ ਹਾਂ। ਵਾਹਿਗੁਰੂ ਕਿਰਪਾ ਕਰੇ, ਹੁਮ ਹਮਾ ਕੇ ਆਓ, ਤੁਹਾਡਿਆਂ ਚਰਨਾਂ ਦੇ ਵਿੱਚ ਬੜੇ ਬੜੇ ਗੁਣੀ ਜਨ ਕੀਰਤਨੀ ਜਥੇ ਕਥਾ ਵਾਚਕ ਮਹਾਂਪੁਰਸ਼ ਰੱਬ ਦੇ ਪਿਆਰੇ ਬਾਬਾ ਜੀ ਬਾਬਾ ਘੋਲਾ ਸਿੰਘ ਜੀ ਹੋਣਾ ਵੀ ਆ ਜਾਣਾ, ਬਾਬਾ ਜੀ ਬਾਬਾ ਹਰਦਾਮ ਸਿੰਘ ਜੀ ਖਾਲਸਾ ਹੋਣਾ ਨੇ ਵੀ ਆ ਜਾਣਾ। ਮਹਾਰਾਜ ਦੀ ਬੜੀ ਵੱਡੀ ਕਿਰਪਾ ਹੈ, ਗੁਰੂ ਚਰਨਾਂ ਦੀ ਓਟ ਲਈਏ। ਭਾਈ ਮੇਜਰ ਸਿੰਘ ਜੀ ਖਾਲਸਾ ਸੁਲਤਾਨਪੁਰ ਲੋਧੀ ਤੋਂ ਆਇਆ ਹੋਇਆ ਢਾਡੀ ਜਥਾ ਸਤਿਗੁਰਾਂ ਨੂੰ ਸੀ ਝੁਕਾਉਂਦਾ ਸੰਗਤ ਦਾ ਧੰਨਵਾਦ ਕਰਦੇ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਮੰਗ ਰਹੇ ਹਾਂ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।